ਤਾਂ ਏਅਰ ਫੋਰਸ ਦੇ ਵਿੱਚ ਪੰਜਾਬ ਦੀ ਧੀ ਭਰਤੀ ਹੋ ਗਈ ਹੈ। ਹੁਣ ਦੁਸ਼ਮਣਾਂ ਤੇ ਜਹਾਜ਼ਾਂ ਦੇ ਨਾਲ ਹਮਲਾ ਕਰੇਗੀ ਅਤੇ ਹਵਾ ਦੇ ਵਿੱਚ ਰਹਿ ਕੇ ਆਪਣੇ ਦੇਸ਼ ਦੀ ਸੁਰੱਖਿਆ ਕਰੇਗੀ। ਤਾਂ ਦੇਖੋ ਇਸ ਪਰਿਵਾਰ ਦੇ ਕਿਵੇਂ ਭਾਗ ਖੁੱਲ ਗਏ ਨੇ। ਇਸ ਕੁੜੀ ਦੀ ਮਿਹਨਤ ਰੰਗ ਲਿਆਈ। ਰਿਜ਼ਲਟ ਆਉਂਦੇ ਹੀ ਇਸ ਕੁੜੀ ਨੇ ਆਪਣੇ ਪਿਤਾ ਨੂੰ ਸਲੂਟ ਮਾਰਿਆ, ਜਿਸ ਤੋਂ ਬਾਅਦ ਇਸਨੇ ਪੂਰੇ ਪਰਿਵਾਰ ਨੂੰ ਇਹ ਖਬਰ ਦਿੱਤੀ। ਦਰਅਸਲ ਕਾਫੀ ਸਾਲਾਂ ਤੋਂ ਮਿਹਨਤ ਕਰਦੀ ਆ ਰਹੀ ਅਲੀਸ਼ਾ 12ਵੀਂ ਤੋਂ ਬਾਅਦ ਹੀ 에ਅਰ ਫੋਰਸ ਦੇ ਵਿੱਚ ਭਰਤੀ ਹੋਣਾ ਚਾਹੁੰਦੀ ਸੀ। ਲਗਾਤਾਰ ਉਸਨੇ 3 ਸਾਲ ਡਿਫੈਂਸ ਦੇ ਵਿੱਚ ਮਿਹਨਤ ਕੀਤੀ ਟ੍ਰੇਨਿੰਗ ਲਈ। ਉਸ ਤੋਂ ਬਾਅਦ ਉਸਨੇ ਐਗਜ਼ਾਮ ਕਲੀਅਰ ਕਰ ਲਿਆ, ਜਿਸ ਤੋਂ ਬਾਅਦ ਉਸਨੂੰ GD ਰਾਊਂਡ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ ਉਸਨੇ ਮਿਹਨਤ ਕਰਦਿਆਂ ਸਾਰੇ ਪੇਪਰ ਪਾਸ ਕਰ ਲਏ ਅਤੇ ਹੁਣ 6 ਮਹੀਨਿਆਂ ਦੀ ਟ੍ਰੇਨਿੰਗ ਦੇ ਲਈ ਉਸਨੂੰ ਭੇਜਿਆ ਗਿਆ ਸੀ ਤੇ ਹੁਣ ਉਸਦਾ 에ਅਰ ਫੋਰਸ ਦੇ ਵਿੱਚ ਸਿਲੈਕਸ਼ਨ ਹੋ ਗਿਆ ਹੈ। ਅਲੀਸ਼ਾ ਨੇ ਦੱਸਿਆ ਕਿ ਉਸ ਦੇ ਨਾਲ 2 ਹੋਰ ਕੁੜੀਆਂ ਦਾ ਸਿਲੈਕਸ਼ਨ ਹੋਇਆ ਹੈ 에ਅਰ ਫੋਰਸ ਦੇ ਵਿੱਚ, ਤੇ ਹੁਣ ਇਹ ਧੀ ਪੰਜਾਬ ਦੀ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ, ਇਹ ਹੁਣ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇਗੀ, ਆਪਣੇ ਸੂਬੇ ਦਾ ਨਾਂ 에ਅਰ ਫੋਰਸ ਦੇ ਵਿੱਚ ਚਮਕਾਵੇਗੀ। ਤਾਂ ਕਿਸੇ ਨੇ ਸਹੀ ਕਿਹਾ ਹੈ ਕਿ ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ, ਆਕੜ ਪੱਲੇ ਔਂਕੜਾਂ, ਮਿੱਠਕ ਦੇ ਸੰਸਾਰ। ਆਓ ਸੁਣਦੇ ਹਾਂ ਅਲੀਸ਼ਾ ਦੀ ਮਿਹਨਤ ਭਰੀ ਇਹ ਦਾਸਤਾਂ। ਸਰ, ਪਹਿਲੇ ਤੋਂ ਕਲਾਸ 12th ਕੇ ਬਾਅਦ ਮੈਂ ਮਾਈ ਭਾਗੋ ਕੇ ਲਈ ਸਿਲੈਕਟ ਹੋਈ ਥੀ, ਔਰ ਇਹ ਇੱਕ ਇੰਸਟੀਟਿਊਟ ਹੈ ਜੋ ਪੰਜਾਬ ਮੇਂ ਗਵਰਨਮੈਂਟ ਇੰਸਟੀਟਿਊਟ ਹੈ, ਔਰ ਇਸਕਾ ਵੀ ਇਗਜ਼ਾਮ ਹੋਤਾ ਹੈ, ਤੋ ਇਗਜ਼ਾਮ ਕਲੀਅਰ ਕੀਆ ਥਾ ਮੈਨੇ, ਔਰ ਇਗਜ਼ਾਮ ਕਲੀਅਰ ਕਰਕੇ ਮੈਂ ਵਹਾਂ ਪੇ 3 ਸਾਲ ਟ੍ਰੇਨਿੰਗ ਕੀ ਹੈ। ਤੋ ਵਹਾਂ ਪੇ ਟ੍ਰੇਨਿੰਗ ਮੇਂ ਇਹ ਥਾ ਕਿ ਵੋ ਆਪਕੋ ਡਿਫੈਂਸ ਕੇ ਲਈ ਟ੍ਰੇਨ ਕਰਤੇ ਹੈ, ਤੋ ਪੂਰਾ ਜੈਸੇ ਵਹਾਂ ਕਾ ਪ੍ਰੋਸੈਸ ਹੋਤਾ ਹੈ ਇੰਟਰਵਿਊ ਕਾ, ਉਸਕੀ ਪੂਰੀ ਟ੍ਰੇਨਿੰਗ ਦੇਤੇ ਹੈ, ਪੂਰੀ ਸਟੱਡੀ ਕਰਵਾਤੇ ਹੈ। ਪਹਿਲੇ ਸਭ ਤੋਂ ਪਹਿਲੇ ਇਗਜ਼ਾਮ ਹੋਤਾ ਹੈ, ਤੋ ਇਤਨਾ ਹਮੇਂ ਕਾਬਿਲ ਬਣਾ ਦੇਤੇ ਕਿ ਹਮ ਆਰਾਮ ਸੇ ਆਪਣਾ ਇਗਜ਼ਾਮ ਕਲੀਅਰ ਕਰ ਲੇ। ਤੋ ਇਗਜ਼ਾਮ ਕਲੀਅਰ ਕਰਨੇ ਕੇ ਬਾਅਦ ਇੰਟਰਵਿਊ ਕੇ ਲਈ ਹਮੇਂ ਪ੍ਰਿਪੇਅਰ ਕਰਵਾਤੇ ਹੈ, GTO ਵਗੈਰਾ ਵਹਾਂ ਸਭ ਗਰਾਊਂਡ ਬਨੇ ਹੋਏ ਹੈ, ਜੋ ਜੋ ਪ੍ਰੋਸੀਜਰ ਹੋਤਾ ਹੈ ਵੋ ਸਭ ਠੀਕ ਕਰਵਾਤੇ ਹੈ। ਤੋ ਇਹ ਹੋਤਾ ਹੈ ਵਹਾਂ ਜਾ ਕੇ ਹਮਾਰੇ ਲਈ ਕੁਛ ਨਿਊ ਨਹੀਂ ਹੋਤਾ ਜੋ SSB ਮੇਂ ਜਬ ਹਮ ਜਾਤੇ ਹੈ। ਤੋ SSB ਮੈਨੇ ਕਲੀਅਰ ਕੀ, ਮੈਨੇ ਆਪਣੇ 9th ਅਟੈਂਪਟ ਮੇਂ ਆਪਣੀ SSB ਕਲੀਅਰ ਕੀ, ਔਰ ਮੈਨੇ ਆਪਣੀ ਮੈਂ ਏਅਰਫੋਰਸ ਆਰਮੀ ਨੇਵੀ ਤਿੰਨੋਂ ਕੇ ਲਈ ਸਿਲੈਕਟ ਹੋ ਗਈ ਥੀ। ਤੋ ਇਹ ਥਾ ਕਿ ਆਰਮੀ ਮੇਂ ਮੈਰਿਟ ਨਹੀਂ ਬਨੀ ਥੀ ਮੇਰੀ, ਤੋ ਮੈਂ ਨੇਵੀ ਕੇ ਲਈ ਗਈ ਥੀ, ਔਰ 6 ਮਹੀਨੇ ਮੈਨੇ ਵਹਾਂ ਪੇ ਟ੍ਰੇਨਿੰਗ ਕੀ ਥੀ। 6 ਮਹੀਨੇ ਟ੍ਰੇਨਿੰਗ ਕਰਨੇ ਕੇ ਬਾਅਦ ਅਭੀ ਮੇਰੀ ਏਅਰਫੋਰਸ ਮੇਂ ਸਿਲੈਕਸ਼ਨ ਹੋ ਗਈ ਹੈ। ਤੋ ਇਹ ਥਾ ਮੈਨੇ ਉਸਕਾ ਵੀ ਇਗਜ਼ਾਮ ਦਿਆ ਥਾ, ਕਲੀਅਰ ਕਰਨੇ ਕੇ ਬਾਅਦ SSB ਦੀ, ਤੋ ਕਲੀਅਰ ਹੋ ਗਏ ਗਏ। ਆਪਕੇ ਸਾਥ 2 ਹੋਰ ਲੜਕੀਆਂ ਵੀ ਸਿਲੈਕਟ ਹੋਈ ਹੈ, ਤੋ ਇਸ ਦੌਰਾਨ ਕੈਸੀ ਚੁਣੌਤੀ ਆਪਕੋ ਦੇਖਣੀ ਪੜੀ? ਇਹ ਥਾ ਕਿ ਹਮਾਰਾ ਜੈਸੇ ਅਭੀ ਬਤਾਇਆ ਮੈਨੇ, ਮੇਰਾ 9th ਟਾਈਮ ਚੱਲ ਰਹਾ ਥਾ, ਤੋ ਇਹ ਥਾ ਕਿ ਸਟਾਰਟਿੰਗ ਮੇਂ ਥੋੜੀ ਦਿੱਕਤ ਹੋ ਰਹੀ ਥੀ, ਕੁਛ ਨਾ ਕੁਛ ਚੀਜ਼ ਜੋ ਥੀ ਜਿਸਮੇਂ ਮਤਲਬ ਫੇਲ ਹੋ ਪਾ ਰਹੀ ਥੀ ਮੈਂ, ਇੰਟਰਵਿਊ ਕਭੀ ਨਹੀਂ ਅੱਛੀ ਹੋ ਰਹੀ ਥੀ, ਕਭੀ GTO ਨਹੀਂ ਹੋ ਪਾ ਰਹਾ ਥਾ। ਤੋ ਇਹ ਥਾ ਕਿ ਮੈਨੇ ਬ੍ਰਸ਼ਅਪ ਕਰਤੀ ਰਹੀ ਆਪਣੀ ਉਨ ਚੀਜ਼ੋ ਕੇ ਲਈ, ਜੋ ਜੋ ਮੁਝੇ ਗਲਤੀਆਂ ਲੱਗ ਰਹੀ ਥੀ ਉਨ ਸਭ ਚੀਜ਼ੋ ਕੋ ਮੈਂ ਇੰਪਰੂਵ ਕਰਤੀ ਰਹੀ। ਤੋ ਇਸਸੇ ਕਿਆ ਹੈ ਕਿ ਆਪਕਾ ਡ੍ਰੀਮ ਥਾ ਕਿ ਆਪਕੋ ਬਾਅਦ ਮੇਂ ਹੁਆ ਕਿ ਨਹੀਂ ਮੁਝੇ ਇੰਡੀਅਨ ਫੋਰਸ ਮੇਂ ਜਾਣਾ ਚਾਹੀਏ? ਸਰ, ਸ਼ੁਰੂ ਸੇ ਇੰਡੀਅਨ ਏਅਰਫੋਰਸ ਹੀ ਡ੍ਰੀਮ ਥਾ, ਬਟ ਇਹ ਥਾ ਕਿ ਉਸ ਟਾਈਮ ਪੇ ਮੇਰੀ ਇੰਡੀਅਨ ਨੇਵੀ ਮੇਂ ਸਿਲੈਕਸ਼ਨ ਹੋ ਗਈ ਥੀ, ਔਰ ਸਿਰਫ 6 ਮਹੀਨੇ ਕਾ ਗੈਪ ਥਾ, ਤੋ ਕੁਛ ਨਾ ਮਿਲਨੇ ਸੇ ਅੱਛਾ ਤੋ ਇਹ ਹੋਤਾ ਕੁਛ ਮਿਲ ਜਾਏ। ਤੋ ਉਸ ਟਾਈਮ ਪੇ ਯਹੀ ਥਾ ਕਿ ਇੰਡੀਅਨ ਨੇਵੀ ਕੇ ਲਈ ਚਲੀ ਜਾਤੀ ਹੂੰ, ਔਰ 5 ਮਹੀਨੇ ਕੀ ਮੇਰੀ ਅਭੀ ਟ੍ਰੇਨਿੰਗ ਹੋ ਗਈ ਹੈ, ਤੋ ਅਭੀ ਮੇਰੇ ਪਾਸ ਮੌਕਾ ਹੈ ਸਵਿਚ ਕਰਨੇ ਕਾ, ਤੋ ਇਸੀ ਲਈ ਮੈਨੇ ਅਭੀ ਸਵਿਚ ਕਰ ਲਿਆ ਟੂ ਇੰਡੀਅਨ ਏਅਰਫੋਰਸ। ਕਿਉਂ ਦੇਸ਼ ਕੇ ਲਈ ਆਪ ਕਿਉਂਕਿ ਡਿਊਟੀ ਵੀ ਕਰੋਗੇ, ਤੋ ਇਸ ਤਰ੍ਹਾਂ ਕਈ ਜੋ ਫਿਲਮੇ ਵੀ ਬਣ ਚੁੱਕੀ ਹੈ, ਦਿਖਾਇਆ ਵੀ ਜਾਤਾ ਹੈ, ਤੋ ਕਈ ਡਰ ਤੋ ਨਹੀਂ ਲੱਗਾ? ਨਹੀਂ ਸਰ, ਡਰ ਤੋ ਨਹੀਂ ਲੱਗਾ, ਇਸ ਚੀਜ਼ ਕਾ ਤੋ ਬਿਲਕੁਲ ਡਰ ਨਹੀਂ ਹੈ ਕਿ ਥੋੜ੍ਹਾ ਮੁਸ਼ਕਿਲ ਹੋਗਾ ਤਬੀ ਥੋੜ੍ਹਾ ਫਿਰ ਮਜ਼ਾ ਵੀ ਆਏਗਾ, ਥ੍ਰਿਲ ਵੀ ਹੋਗਾ। ਕਿਆ ਲੱਗਤਾ ਹੈ ਕਿ ਕਰ ਪਾਓਗੇ ਆਪ ਆਗੇ ਕੁਛ ਐਸਾ? ਸਰ, ਮੇਰੀ ਸਟਰਗਲ ਇਤਨੀ ਰਹੀ ਹੈ ਕਿ ਮੁਝੇ ਲੱਗਤਾ ਹੈ ਕਿ ਅਗਰ ਉਹ ਸਟਰਗਲ ਕੋ ਫੇਸ ਕਰ ਸਕਤੇ ਹੋ, ਯਹਾਂ ਤੱਕ ਪਹੁੰਚ ਸਕਤੇ ਹੋ, ਤੋ ਆਗੇ ਵੀ ਕਰ ਹੀ ਲੂੰਗੇ। ਕਿਆ ਕਹਿਣਾ ਚਾਹੋਗੇ, ਕਿਉਂਕਿ ਕਈ ਜੋ ਅੱਜ ਕੱਲ੍ਹ ਕੇ ਜੋ ਯੂਥ ਹੈ, ਯੁਵਾ ਹੈ, ਉਹ ਵਿਦੇਸ਼ੋਂ ਕਾ ਰੁਖ ਕਰ ਰਹੇ ਹੈ, ਉਹ ਕਹਿ ਰਹੇ ਕਿ ਸਰਕਾਰੀ ਨੌਕਰੀਆਂ ਨਹੀਂ ਹੈ ਯਹਾਂ ਪਰ, ਔਰ ਕਈ ਤਰ੍ਹਾਂ ਕੇ ਯਹਾਂ ਪੇ ਗਵਰਨਮੈਂਟ ਕੋ ਜਿੱਟ ਦੇਖਣੀ ਪੜ ਰਹੇ ਹੈ, ਉਨਕੇ ਲੀਏ ਕਹਿਣਾ? ਸਰ, ਸ਼ੁਰੂ ਸੇ ਇੱਕ ਚੀਜ਼ ਥੀ ਦਿਮਾਗ ਮੇਂ ਕਿ ਕੁਛ ਵੀ ਹੋ ਜਾਏ ਸਕਸੈਸਫੁਲ ਯਹੀਂ ਪੇ ਹੋਣਾ ਹੈ, ਬਾਹਰ ਜਾ ਕੇ ਵੀ ਸਕਸੈਸ ਮਿਲ ਸਕਤਾ, ਬਟ ਇਹ ਹੈ ਕਿ ਅਗਰ ਹੋਣਾ ਆਪ ਸਕਸੈਸਫੁਲ ਤੋ ਯਹੀਂ ਪੇ ਹੋਣਾ। ਔਰ ਜੈਸੇ ਆਪਨੇ ਬੋਲਾ ਕਿ ਅੱਜ ਕੱਲ੍ਹ ਲੋਕ ਬਾਹਰ ਕਾ ਦੇਖਤਾ ਹੈ, ਤੋ ਮੇਰੇ ਹਿਸਾਬ ਸੇ ਅਗਰ ਮੈਂ ਯਹਾਂ ਪੇ 2 ਸਰਕਾਰੀ ਨੌਕਰੀਆਂ ਨੇਵੀ ਔਰ ਏਅਰਫੋਰਸ ਦੋਨੋਂ ਲੈ ਸਕਤੇ ਹੋ, ਤੋ ਉਹ ਵੀ ਲੈ ਸਕਤਾ ਹੈ, ਇਹ ਆਪਣੀ ਚੋਇਸ ਆਪਣੀ ਡਿਟਰਮੀਨੇਸ਼ਨ ਹੈ, ਅਗਰ ਵੋ ਚਾਹਤੇ ਹੈ ਤੋ ਯਹਾਂ ਵੀ ਮਿਹਨਤ ਕਰਕੇ ਲੈ ਸਕਤਾ ਹੈ।